ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਆਪਾਂ ਇੱਥੇ ਆਏ ਹਾਂ ਮੋਟਰ 'ਤੇ ਜੀ, ਅਤੇ ਰਿਵਿਊ ਕਰਨਾ। ਮੈਂ ਤੁਹਾਨੂੰ ਉਹ ਦਿਨ ਹੀ ਬੋਲਿਆ, ਇਹਦੇ ਨਾਲ ਪਰਸੋਂ 2 ਦਿਨ ਹੋ ਗਏ ਆ ਕਿ ਆਪਾਂ ਤੁਹਾਨੂੰ ਇਲੈਕਟ੍ਰਿਕ ਸਕੂਟਰੀ ਦਾ ਵਿਊ ਕਰਾਂਗੇ। ਅਤੇ ਅੱਜ ਮੈਂ ਰਿਵਿਊ ਕਰਦਾ ਮੋਟਰ ਤੁਹਾਨੂੰ, ਦੋਵਾਂ ਸਕੂਟਰੀਆਂ ਦੱਸ, ਦੋਵੇਂ ਨਦੀਆਂ ਐਕਟਿਵਾ ਵੀ ਆ ਆਪਣੀਆਂ, ਦੋਵੇਂ ਸਕੂਟਰੀਆਂ ਅਤੇ ਦੋਵਾਂ ਤੁਹਾਨੂੰ ਰਿਵਿਊ ਕਰਦਾ ਕਿ ਕੀ ਸਸਤੀ ਆ ਅਤੇ ਕਿਹੜੀ ਚੀਜ਼ ਮਹਿੰਗੀ ਪੈਂਦੀ ਆ। ਅਤੇ ਬਾਕੀ ਪੰਜਾਬੀ ਅੰਦਾਜ਼ਾ ਲਾ ਲਿਓ। ਅਤੇ ਆਹ ਸਕੂਟਰੀ ਆਪਣੀਆਂ ਵੇਖ ਲਓ, ਆਹ ਹੈਗੀ ਆ ਇਲੈਕਟ੍ਰਿਕ ਸਕੂਟਰੀ, ਆਹ ਵਿਖਾ ਲਿਓ ਜੀ, ਚੰਗਰਾਂ ਵਿਖਾ ਦਿਓ ਇਲੈਕਟ੍ਰਿਕ ਸਕੂਟਰੀ ਆਪਣੀ। ਅਤੇ ਬਾਕੀ ਐਕਟਿਵਾ ਚੱਲ ਤੁਸੀਂ ਵੇਖੀ ਆ, ਇਹ ਲਈ ਜੇ ਆਪਾਂ ਹੁਣ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਐਕਟਿਵਾ ਕੁਝ ਹੈਗੀ ਆ ਐਸਟਾ ਬਾਉਂਡਰੀ ਆ 85,000 ਦੀ, ਜਿਹੜੀ ਉਹ ਆ ਇਲੈਕਟ੍ਰਿਕ ਸਕੂਟਰੀ ਇਹ ਆਉਣ ਡੀ ਜੇ 75,000 ਦੀ, 75-76,000 ਇੱਥੇ ਗਿਆ, ਇਹ ਰੇਟ ਦਾ ਫਰਕ ਆ। ਅਤੇ ਚਲੋ ਰੇਟ ਦੀ ਕੋਈ ਗੱਲ ਨਹੀਂ ਗੀ, ਪਰ ਚੀਜ਼ ਐਕਟਿਵਾ ਬਸ ਕੀ ਇਹ ਕਿ ਚਲੋ ਪੈਟਰੋਲ ਸਕੂਟਰੀਆਂ 'ਚ ਐਕਟਿਵਾ ਸਿੱਕੇ ਬੰਦੇ ਆ, ਪਰ ਆਪਾਂ ਚਲੋ ਕਿਸੇ ਦਾ ਕੰਪੈਰੀਜ਼ਨ ਕਰਨਾ, ਆਪਾਂ ਦੋਵਾਂ ਦਾ ਨਾ ਕਰਨਾ। ਅਤੇ ਜੇ ਖਰਚੇ ਤਾਂ ਲਾਈਏ, ਮੈਨੂੰ ਹੋ ਗਿਆ 3 ਮਹੀਨੇ ਸਕੂਟਰੀ ਲਈ ਨੂੰ, ਅਤੇ 3 ਮਹੀਨੇ ਹੋ ਗਏ ਆ, ਅਤੇ ਮੈਂ ਪੈਟਰੋਲ ਪੰਪ 'ਤੇ ਨਹੀਂ ਗਿਆ, ਪੈਟਰੋਲ ਪੰਪ 'ਤੇ ਜਾਂ ਨਹੀਂ ਆ ਕੇ ਵੇਖਿਆ। ਇਹ ਪੈਟਰੋਲ ਪੰਪ ਐਕਟਿਵਾ ਮੇਰੀ ਚੱਲਦੀ ਸੀ ਜਿਸ ਹਿਸਾਬ ਨਾਲ ਐਵਰੇਜ ਕੁਝ ਹੈਗੀ ਸੀ ਇਹਦੀ, 3,000 ਦਾ ਤੇਲ, 3,000 3,200 ਦਾ ਤੇਲ ਆਪਣਾ ਮਹੀਨੇ ਦਾ ਲੱਗਦਾ ਸੀ ਐਕਟਿਵਾ ਦਾ। ਅਤੇ ਕਿਉਂਕਿ ਜਿੱਦਾਂ ਤੇਲ ਵੀ ਮਹਿੰਗੇ ਹੋ ਗਏ ਆ, ਅਤੇ ਫਿਰ ਜਿਹੜੀ ਆ ਇਲੈਕਟ੍ਰਿਕ ਆ ਇਸੇ ਦੁੱਖੋ ਜਦੋਂ ਤੇਲ ਵਧਣ ਡਿਆ, 90 ਹੋ ਗਿਆ, 92-93, ਮੈਂ ਨਹੀਂ ਹੁਣ ਹੱਥ ਖੜਿਆ ਤੇਲ ਨਹੀਂ ਪੈਂਦਾ, ਅਤੇ ਆਪਾਂ ਆ ਲਿਆਈਏ ਇਲੈਕਟ੍ਰਿਕ ਸਕੂਟਰੀ। ਇਹਦੇ ਬਾਰੇ ਸਰਚ ਕਰਦੇ ਨੂੰ ਸਾਲ ਹੋ ਗਿਆ ਸੀ, ਇਹ ਲਿਆਉਂਦੀ ਆਪਾਂ 75,000 ਦੀ, ਅਤੇ ਇਹ ਜੇ ਆਪਾਂ ਖਰਚਾ ਲਾਈ ਉਹਦੇ ਮੁਤਾਬਿਕ, ਉਹਦੇ ਇਹਦਾ ਖਰਚਾ 1.5 ਯੂਨਿਟ ਖਾਂਦੀ ਜੇ ਇੱਕ ਵਾਰੀ ਫੁੱਲ ਚਾਰਜ ਹੋਣ ਲੱਗਿਆ, ਫੁੱਲ ਚਾਰਜ ਹੁੰਦੀ ਜਾਂ 2.5 ਘੰਟੇ 3 ਘੰਟੇ 'ਚ, ਇੱਥੇ ਫੁੱਲ ਚਾਰਜ ਹੁੰਦੀ ਆ, ਅਤੇ 1.5 ਯੂਨਿਟ ਚੱਲਦੀ ਉਦਾਂ। ਕੰਪਨੀ ਵਾਲੇ ਕਹਿੰਦੇ ਆ 60-65 ਕਿਲੋਮੀਟਰ, ਪਰ ਮੈਂ ਜਿਸ ਨਾਲ ਵਰਤੀ ਆ 3 ਮਹੀਨੇ ਹੋ ਗਏ ਵਰਤਣ ਨੂੰ, ਮੇਰੇ ਕੋਲ ਚੱਲਦੀ ਹੈ, ਬਾਕੀ ਵਜ੍ਹਾ ਦਾ ਵੀ ਉਹ ਫਰਕ ਪੈਂਦਾ ਵਾ, ਉਹਨਾਂ ਵੀ ਐਵਰੇਜ ਦਾ ਫਰਕ ਪੈਂਦਾ, ਪਰ ਮੇਰੇ ਕੋਲ ਐਵਰੇਜ ਦੇ ਐਂਡ ਹੀ ਹੈ 50-52-53 ਇੱਥੇ ਦਾ, ਇੰਨੀ ਕੁ ਐਵਰੇਜ ਆ 50-52 ਦੀ। ਅਤੇ ਖਰਚਾ ਤਾਂ ਬਹੁਤ ਜ਼ਿਆਦਾ ਘੱਟ ਆ ਜੇ ਆਪਾਂ 32 ਦਾ ਹਿਸਾਬ ਲਾਈਏ, 32 ਇਹ ਉਹਦੇ ਹਿਸਾਬ ਨਾਲ ਮੰਨ ਲਓ ਕਿ ਇਹਦਾ ਮੈਂ ਤੇਲ ਪਾਉਂਦਾ ਹਾਂ 3,000 32-3300 ਦਾ ਤੇਲ ਪੈਂਦਾ ਸੀ ਇਹ 'ਚ ਖਰਚਾ ਇਹਦਾ ਮਹੀਨੇ ਦਾ, ਅਤੇ ਇਹਦਾ ਖਰਚਾ ਵਾ ਹੁਣ 250 ਰੁਪਈਆ, 230-240-50 250 ਖਰਚਾ ਜੇ ਮਹੀਨੇ ਦਾ ਇਹਦਾ, ਅਤੇ ਹਿਸਾਬ ਲਓ ਕਿੰਨਾ ਫਰਕ ਪੈ ਗਿਆ, ਸਿੱਧਾ 2900-3000 ਦਾ ਫਰਕ ਪੈ ਗਿਆ ਮਹੀਨੇ ਦਾ ਇੱਦਾਂ ਹੀ। ਅਤੇ ਬਾਕੀ ਜਿਹੜੀ ਸਰਵਿਸ ਹੈ ਹਾਂਜੀ, ਅਤੇ ਇਹਦੀ ਸਰਵਿਸ ਆਪਾਂ ਕਰਾਉਣੀ ਆ, ਵੇਖੋ ਭਾਵੇਂ 6 ਮਹੀਨੇ ਨੂੰ ਕਰਾਈ, 7 ਨੂੰ ਕਰਾਈ, 8 ਨੂੰ ਕਰਾਈਏ, ਅਤੇ ਇਹਦੀ ਸਰਵਿਸ ਕਰਾਉਣੀ ਆ ਪੈਕਟਵਾ ਦੀ, ਅਤੇ ਪਰ ਇਹਦੀ ਕੋਈ ਸਰਵਿਸ ਨਹੀਂ ਜੇ, ਇੱਕ ਘਰੀ ਲੈ ਲਈ ਅਤੇ ਕੋਈ ਵੱਖਰੀ ਗੱਲ ਆ, ਜੇ ਕੋਈ ਫਾਲਟ ਪਵੇ ਤਾਂ ਮੈਂ ਉੱਦਾਂ ਹੋ ਗਈ, ਪਰ ਫਾਲਟ ਪੈਣਾ ਕੀ, ਕਿਉਂਕਿ ਇੰਜਣ ਤਾਂ ਹੈਗਾ ਨਹੀਂ ਇਹ 'ਚ, ਮੋਟਰ ਦਾ ਵਾ, ਜੇ ਮੋਟਰ ਦੇ ਖਰਾਬ ਹੋਵੇ ਉਹਦੀ ਗਰੰਟੀ ਹੈਗੀ ਆ, 3 ਸਾਲ ਦੀ ਗਰੰਟੀ ਆ ਇਹਦੀ ਮੋਟਰ ਦੀ ਵੀ ਦਿੱਤੀ ਉਹਨਾਂ ਨੇ ਆਪਾਂ ਨੂੰ ਏਜੰਸੀ ਵਾਲੇ ਨੇ, ਅਤੇ ਇਹਦਾ ਮੋਟਰ ਬੈਟਰੀ ਦੀ ਉਹ ਦਿੰਦੇ ਆ ਗਰੰਟੀ ਕੋਈ 2.5 ਸਾਲ ਦੀ, ਪਰ ਉਹ ਕੱਢ ਜਾਂਦੀ ਆ 4-5 ਸਾਲ ਬੈਟਰੀ ਕੱਢ ਜਾਂਦੀ ਆ, ਅਤੇ ਜੇ 4-5 ਸਾਲਾਂ ਬਾਅਦ ਆਪਾਂ ਬੈਟਰੀ ਦਿਖਾਉਂਦੇ ਹਾਂ ਤਾਂ ਉਹ ਰੱਖੀ ਜਾਂਦੀ ਆ ਕੁਝ 18-20 ਹਜ਼ਾਰ ਦੇ ਵਿੱਚ, 18-20 ਹਜ਼ਾਰ ਦੀ ਬੈਟਰੀ ਆ, ਉਹ ਵੀ 4 ਸਾਲ ਲੰਘਣ 4.5 ਸਾਲ, ਇਹ ਨਹੀਂ ਕਿ 4 ਸਾਲਾਂ ਬਾਅਦ ਇਹਨੂੰ ਡੈੱਡ ਹੋਣਾ ਇਕਦਮ ਹੀ, ਇਹਨੇ ਮੰਨ ਲਓ ਕਿ 4 ਸਾਲ ਲੰਘ ਗਏ ਜਾਂ 4.5 ਸਾਲ ਲੰਘ ਗਏ, ਜਿੱਦਾਂ ਆਪਣੇ ਇਨਵੇਟਰ ਦੇ ਘਰ ਦੇ ਨਹੀਂ ਹੁੰਦੇ ਬੈਟਰੀ ਹੁੰਦੇ ਆ ਕਿ ਸਲੋ ਸਲੋ ਜਿੱਦਾਂ ਕਿ 10 ਘੰਟੇ ਚੱਲਦੇ 12 ਘੰਟੇ ਚੱਲਦੀ ਆ ਵੱਡੇ ਬੈਟਰੀ, ਉੱਦਾਂ ਹੀ ਇਹਨੇ ਜੇ ਮੰਨ ਲਓ 50-52 ਦੀ ਐਵਰੇਜ ਹੋਊਗੀ ਇਹ, ਅਤੇ ਮੁੜ ਕੇ ਇਹਨੇ 45 ਦੇ ਆਉਣਾ ਵਾ, 44 ਦੇ ਆਉਣਾ ਵਾ, 40 ਦੇ ਆਉਣਾ ਵਾ, ਇੱਦਾਂ ਇਹ ਨਹੀਂ ਇਕਦਮ ਕਨਵਰਟ ਜਾਣੀ, ਇੱਦਾਂ ਨਹੀਂ ਹੋਣਾ 45 ਦੇ 40 ਦੇ 35 ਦੇ, ਫਿਰ ਇੱਦਾਂ ਕਰਕੇ ਡੈਡ ਹੋਣੀ, ਆਪਣਾ ਪਤਾ ਲੱਗ ਜਾਣਾ ਵਾ ਕਿ ਬਈ ਹੁਣ ਇਹਦਾ ਕੰਮ ਹੋਣ ਵਾਲਾ, ਅਤੇ ਆਪਾਂ ਇਹਦਾ ਕਰਾ ਲਈਏ ਬੈਟਰੀ ਚੇਂਜ ਕਰਾ ਲਈਏ, ਮੈਂ ਕਿ 4 ਸਾਲ ਗਿਆ ਵਾ, ਅਤੇ ਉਹ ਜਿੱਦਾਂ ਹੁਣ ਆਪਾਂ ਪਿੰਡਾਂ ਵਾਲੇ ਆਪਾਂ ਦੇ ਖਿੱਚ ਧੂ ਲੈਣਾ ਥੋੜ੍ਹਾ ਬਹੁਤਾ, 4.5 ਸਾਲ 4.5-5 ਸਾਲ ਆਪਾਂ ਕੱਢ ਹੀ ਲੈਂਦੇ ਹਾਂ। ਅਤੇ ਬਾਕੀ ਜਿਹੜੀ ਐਕਟਿਵਾ ਦਾ ਵਾ, ਅਤੇ ਇਹਨਾਂ ਦਾ ਤੁਹਾਨੂੰ ਪਤਾ ਵਾ ਕਿ ਇੰਜਣ ਵੀ ਹੋਣਾ ਵਾ, ਉਹ 'ਤੇ ਵੀ ਲੱਗਦਾ ਵਾ ਹੁਣ, ਚਲੋ ਆਪਾਂ ਤਾਂ ਪਤਾ ਨਹੀਂ ਹੋ ਗਈ, ਆਪਾਂ ਕਰਾਇਆ ਨਹੀਂ, 5 ਸਾਲ ਹੋ ਗਿਆ ਸਕੂਟਰੀ ਲਈ ਨੂੰ, ਅਤੇ ਇੰਜਣ ਵੀ ਇਹਦਾ 4-5 ਹਜ਼ਾਰ 'ਚ ਹੁੰਦਾ ਹੋਣਾ ਵਾ ਸਕੂਟਰੀ ਦਾ ਵੀ, ਅਤੇ ਉਹਦਾ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ, ਕੋਈ ਇਹ ਚੱਕਰ ਆ। ਬਾਕੀ ਜਿਹੜੀ ਬਸ ਇਹੋ ਖਰਚਾ ਵਾ, ਖਰਚੇ ਵੱਲੋਂ ਤਾਂ ਆ ਬਹੁਤ ਜ਼ਿਆਦਾ ਘੱਟ, ਅਜੇ ਤੱਕ 3 ਮਹੀਨੇ ਹੋ ਗਏ ਆ, 3 ਮਹੀਨਿਆਂ ਦਾ ਆਪਾਂ ਮੈਂ ਰਿਵਿਊ ਕਰਨ ਡਿਆ ਵਾ, ਅਤੇ 3 ਮਹੀਨਿਆਂ ਦਾ ਤਾਂ ਆ ਬਹੁਤ ਜ਼ਿਆਦਾ ਵਧੀਆ, ਅਤੇ ਬਿਲਕੁਲ ਕੋਈ ਪੈਸਾ ਨਹੀਂ ਲੱਗਾ, ਇੱਕ ਵਾਰੀ ਲਾ ਦੇਣੀ ਜਿਹੜੀ ਆ, ਅਤੇ ਹਾਂ ਇੱਕ ਹੋਰ ਹੈ, ਜਿੱਦਾਂ ਹੁਣ ਇਹਦੀ ਸਾਲ ਬਾਅਦ ਇੰਸ਼ੋਰੈਂਸ ਹੀ ਆਉਂਦੀ ਜੇ, ਵੇਖੋ ਜਿੰਨੀ ਵੀ ਆਵੇ 1,000-1,500 ਜਿੰਨੀ ਵੀ ਇੰਸ਼ੋਰੈਂਸ ਹੁੰਦੀ ਆਪਾਂ ਨੂੰ ਪਤਾ ਨਹੀਂ,
ਅਤੇ ਹੁਣ ਤਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਉਹਦੀ ਸਾਲ ਹੋ ਗਏ ਕਰਾਈ ਨਹੀਂ ਤੁਹਾਨੂੰ ਦੱਸਾਂ ਨਾ ਚਾਰ 1500 ਦੀ ਹੋਈ ਕਿ ਨਹੀਂ ਜੀ ਕਿੱਦਾਂ ਭੁੱਲ ਗਿਆ ਅਤੇ ਇਹਦਾ ਕੱਖ ਨਹੀਂ ਜੇ ਨਾ ਕੋਈ ਆਰਸੀ ਅਤੇ ਚਲੋ ਆਰਸ ਅਤੇ ਬਾਕੀ ਇੰਸ਼ੋਰੈਂਸ ਕੱਖ ਵੀ ਨਹੀਂ ਇੰਸ਼ੋਰੈਂਸ ਦਾ ਖਰਚਾ ਵੀ ਬਚਦਾ ਜੀ ਕੋਈ ਪੋਲਿਊਸ਼ਨ ਨਹੀਂ ਕੱਖ ਵੀ ਨਹੀਂ ਹੈਗਾ ਤਾਂ ਬਸ ਭਜਾਈ ਫਿਰੋ ਇੱਦਾਂ ਹੀ ਅਤੇ ਜਿਹੜੀ ਸਪੀਡ ਹੈ ਇਹਦੀ ਸਪੀਡ ਹੈਗੀ ਜਿਹੜੀ 40 ਦੀ ਚਲੋ ਇਹ ਤਾਂ ਫਿਰ ਹੀ ਭੱਜਦੀ ਆ ਅਤੇ ਜ਼ਿਆਦਾ ਤਾਂ ਹੁਣ ਆਪਾਂ ਐਵੇਂ ਚਲਾਈ ਦੀ ਆ ਖੁਦ ਐਵੇਂ ਚਲਾਉਣਾ ਚਾਹੀਦੀ ਹੈ ਜੈਕਟ ਵਾਲ ਨੂੰ ਤਾਂ ਹੁਣ ਕੱਢੀ ਦਾ ਕਿਤੇ 10-15 ਦਿਨਾਂ ਬਾਅਦ ਕੱਢੀ ਦਾ ਵਾ ਉਹ ਵੀ 1.5-2-3 ਕਿਲੋਮੀਟਰ ਚਲਾ ਕੇ ਫਿਰ ਖੜੀ ਕਰ ਦੇਈ ਦੀ ਆ ਕਿਉਂਕਿ ਜਦ ਕੰਮ ਫਰੀ ਵਾਲਾ ਲਾ ਦਿਓ ਜਾਂ ਸਸਤਾ ਕੰਮ ਹੈਗਾ ਤਾਂ ਫਿਰ ਆਪਾਂ ਕਿਉਂ ਨਾ ਉਹ ਕਰੀਏ ਅਤੇ ਇਸ ਲਈ ਇਹੋ ਜ਼ਿਆਦਾ ਰੱਖੀ ਦੀ ਦੱਬ ਕੇ ਅਤੇ ਬਾਕੀ ਭੱਜਣ ਜੇ ਭਜਾਉਣੀ ਭਜਾਉਣੀ ਜਿੰਨੇ ਜ਼ਿਆਦਾ ਜੋ ਭਜਾਉਂਦਾ ਵਾ ਉਹ ਫਿਰ ਇਹ ਆਹ ਵਾ ਜਿੰਨੇ ਮਰਜ਼ੀ ਭਜਾਈ ਉਸ 90-100 ਤੇ ਜਾਂਦੀ ਚਲੋ ਐਕਟਿਵ ਵਾਲੇ ਅਤੇ ਹਾਲ ਦੀ ਘੜੀ ਬਾਕੀ ਆਉਣ ਵਾਲਾ ਸਮਾਂ ਵੇਖੋ ਇਹਨਾਂ ਚੀਜ਼ਾਂ ਦਾ ਜੇ ਇਲੈਕਟ੍ਰਿਕ ਸਕੂਟਰੀਆਂ ਬਾਕੀ ਪੰਜਾਬ 'ਚ ਘੱਟ ਆ ਜੇ ਇਹ ਜਿਹੜੀ ਕੰਪਨੀ ਆ ਵੇਖੋ ਆਣ ਕੇ ਤੁਹਾਨੂੰ ਸੋਹਣਾ ਲੱਗੇ ਉਹ ਕਰਕੇ ਥੋੜ੍ਹਾ ਵਿਖਾਇਓ ਇਹ ਕੰਪਨੀ ਆ ਬੈਂਜ ਕਰਕੇ ਬੈਂਜ BENLG ਬੈਂਜ ਕੰਪਨੀ ਆ ਅਤੇ ਹੁੰਡਾ ਵਾਲਿਆਂ ਦੀ ਵੈਰੀ ਆ ਪਰ ਉਹ ਥੋੜ੍ਹੀ ਜਿਹੀ ਹਲਕੀ ਆ ਵਾ ਇਹ ਮੈਨੂੰ ਜ਼ਿਆਦਾ ਵਧੀਆ ਲੱਗੀ ਬੈਟਰ ਲੱਗੀ ਆ ਅਤੇ ਬਾਕੀ ਉਹਦਾ ਦੂਜਾ ਬਾਕੀ ਹੋਰ ਕੰਪਨੀਆਂ ਵੀ ਹੈਗੀਆਂ ਵਾ ਮੈਂ ਨਾ ਇਹ ਕੰਪਨੀਆਂ ਕਾਫੀ ਆਉਂਦੀਆਂ ਵਾ ਜੇ ਪੰਜਾਬ 'ਚ ਨਹੀਂ ਆਈਆਂ ਬਾਹਰ ਆਈਆਂ ਵਾ ਜਿੱਦਾਂ ਦਿੱਲੀ ਕਲਕੱਤਾ ਜਾਂ ਬੰਬੇ ਅਤੇ ਉਹ ਕਾਫੀ ਆਉਂਦੀਆਂ ਵਾ ਅਤੇ ਆਪਣੇ ਪੰਜਾਬ 'ਚ ਹੀ ਆ ਜਾਣਾ ਵਾ ਕੰਮ ਚੱਲੂ ਕਾਫੀ ਕੰਪਨੀ ਹੋਣਾ ਆਹ ਸਾਲ ਦੇ ਐਂਡ 'ਤੇ ਜਾਂ ਅਗਲੇ ਸਾਲ ਸ਼ੁਰੂ ਆਊਗਾ ਕਾਫੀ ਅਤੇ ਬਾਕੀ ਹੁਣ ਗੱਡੀਆਂ ਵੀ ਇਹ 'ਚ ਹੈਗੀਆਂ ਜੇ ਗੱਡੀਆਂ ਮੰਨ ਲਓ ਹੁੰਡਾਈ ਵਾਲਿਆਂ ਦੀ ਪਰ ਉਹ ਅਜੇ ਮਹਿੰਗਾ ਵਾ ਬੋਏ ਦਾ ਕੰਮ ਉਹ ਵਿੱਚ ਚਾਰ ਸਾਲ ਲੱਗਣਗੇ ਉਹਨਾਂ ਵੀ ਥੱਲੇ ਆਉਣ ਨੂੰ ਜਿਵੇਂ ਸਾਰੀਆਂ ਕੰਪਨੀਆਂ ਕੱਢਣਗੀਆਂ ਅਤੇ ਬਾਕੀ ਇਹਨਾਂ ਸਕੂਟਰੀਆਂ ਦਾ ਆਏ ਜੇ ਤੁਹਾਨੂੰ ਦੱਸਦਾ ਵਾ ਬਾਕੀ ਹਰ ਇੱਕ ਨੇ ਆਪਣੀ ਮਰਜ਼ੀ ਕਰਨੀ ਹੈ ਜਿਹਨੂੰ ਜਿੱਦਾਂ ਚੰਗਾ ਲੱਗਦਾ ਵਾ ਉੱਦਾਂ ਕਰੇ ਆਪਾਂ ਦੱਸਦਾ ਕਿੰਨੇ ਕਿਹੜੀ ਕੀਮਤ ਹੈ ਚਲੋ 85,000 ਦੀ ਇਹ ਪੈਂਦੀ ਆ ਅਤੇ 75,000-76,000 ਦੀ ਜੇ ਇਹਦੇ ਜੇ ਮਹਿੰਗੀ ਵੀ ਹੁੰਦੀ ਤਾਂ ਉੱਪਰ ਮਾੜੇ ਦੂਜੇ ਨੰਬਰ ਮੜ ਲਿਆ ਇਹ ਤਾਂ ਉੱਪਰ ਉਹ ਮੜ ਲਿਆ ਉਹ ਕੁਝ ਉਹ ਹੁੰਦਾ 82-83,000 ਦਾ ਉਹ ਚੱਲਦੀ ਵੀ ਵੱਧ ਆ ਉਹ 70-80 ਕਿਲੋਮੀਟਰ ਚੱਲਦੀ ਆ ਅਤੇ ਉਹਨੇ ਲੈਣੇ 2 ਯੂਨਿਟ ਅਤੇ ਇਹ ਮੈਨੂੰ ਥੋੜ੍ਹੀ ਸੋਹਣੀ ਲੱਗੀ ਚਲੋ ਆਪਾਂ ਨੂੰ ਕਿ ਤਾਂ ਆਪਾਂ ਇਹ ਥੋੜ੍ਹੀ ਛੋ ਜਿਹੀ ਵਾਲੀ ਇਹ ਲਈ ਆ ਇਹ ਦੂਸਰੇ ਨੰਬਰ 'ਤੇ ਫਿਰ ਤੀਸਰੇ ਨੰਬਰ 'ਤੇ ਇੱਕ ਆਉਂਦਾ ਕਿ ਚੌਥੇ 'ਤੇ ਵੀ ਆਉਂਦਾ ਇਹ 'ਚ ਅਤੇ ਬਾਕੀ ਤੁਸੀਂ ਵੇਖਣਾ ਵਾ ਤੁਹਾਨੂੰ ਕਿਹੜੀ ਚੀਜ਼ ਸਹੀ ਲੱਗਦੀ ਆਪਾਂ ਰਿਵਿਊ ਦੇਣਾ ਤੁਹਾਨੂੰ ਦੇਤਾ ਕਿ ਆਪਾਂ ਵੀ ਪੰਪ 'ਤੇ ਨਹੀਂ ਗਏ ਜੇ 3 ਮਹੀਨੇ ਹੋ ਗਏ ਆ ਅਤੇ ਅਜੇ ਤੱਕ ਤਾਂ ਆਪਣਾ ਕੰਮ ਫਰੀ ਆ ਬਿਲਕੁਲ ਲੈਟ ਜਿਹੜੀ ਖਾਂਦੀ 1.5 ਯੂਨਿਟ ਮਸਾਂ ਹੀ ਖਾਂਦੀ ਜੇ ਅਤੇ ਬਾਕੀ ਮੈਂ 250 ਰੁਪਇਆ ਖਰਚਾ ਆ ਜਾਣਾ ਮਹੀਨੇ ਦਾ ਆਪਣਾ ਉਹ ਵੀ ਖਿੱਚ ਕੇ 240-250 ਕਿਉਂਕਿ ਜਿਉਂ ਜਿਉਂ ਚੱਲਦੀ ਆ ਨਾ ਰਾਮ ਹੁੰਦੀ ਉਹਦੀ ਉਹ ਅਤੇ ਬੈਟਰੀ ਛੇਤੀ ਚਾਰਜ ਕਰਦੀ ਆ ਪਹਿਲਾਂ ਉਹਨਾਂ ਕਿਹਾ ਸੀ 3.5 ਘੰਟੇ ਲੱਗਦੇ ਪਰ 3.5 ਘੰਟੇ ਲੱਗਦੇ ਘੱਟ ਟਾਈਮ ਲੱਗਦਾ ਪਹਿਲਾਂ ਚਾਰਜ ਹੁੰਦੀ ਆ ਮਸਾਂ ਹੀ 3 ਘੰਟੇ ਪਹਿਲਾਂ ਹੀ ਹੁੰਦੀ ਚਾਰਜ ਅਤੇ ਆਹ ਬਾਕੀ ਥੋੜ੍ਹੇ ਫੀਚਰ ਜਿੱਦਾਂ ਹੁਣ ਆਹ ਵਾ ਸਕੂਟਰੀਆਂ ਆਈਆਂ ਬੈਂਜ ਕੰਪਨੀ ਦੀਆਂ ਵਾ ਇੱਥੇ ਸੈਂਟਰ ਲੋਕਿੰਗ ਵੀ ਹੈਗੀ ਜੇ ਵੇਖੋ ਇੱਥੋਂ ਖੁੱਲ੍ਹ ਜਾਂਦਾ ਵਾ ਅਤੇ ਬੰਦ ਵੀ ਹੋ ਜਾਂਦਾ ਵਾ ਕਾਫੀ ਫੀਚਰ ਸੀ ਡਿਸਕ ਬਰੇਕਾਂ ਵਗੈਰਾ ਗੇਅਰ ਵੀ ਦਿੱਤੇ ਇਹ 'ਚ ਹੱਥ ਬਟਨ ਤੋਂ ਹੀ ਉਹ ਮੈਂ ਤੁਹਾਨੂੰ ਵਿਖਾਉਣਾ ਆ ਵੀ ਆਹ ਮੀਟਰ ਇਹਦਾ ਡਿਜੀਟਲ ਜੇ ਆਹ ਵੇਖੋ ਛੇੜਿਆ ਵਾ ਅਤੇ ਟੂ ਕਰਨ ਪਈ ਆ ਸੈਂਟਰ ਲੋਕਿੰਗ ਦੇ ਕਰਕੇ ਹਾਂਜੀ ਸੈਂਟਰ ਲੋਕਿੰਗ ਕਰਕੇ ਟੂ ਕਰਨ ਪਈ ਆ ਅਤੇ ਆਹ ਮੀਟਰ ਇਹਦਾ ਵੇਖੋ ਦੂਜੇ ਗੇਅਰ 'ਚ ਆ ਵੀ ਦਿਖਾਉਂਦੇ ਤੁਹਾਨੂੰ ਭੱਜਦੀ ਆ ਫਿਰ ਇੱਥੋਂ ਹੀ ਬਟਨ ਆਪਣਾ ਆਹ ਨੱਪਿਆ ਜੇ ਤੀਜੇ 'ਚ ਪੈ ਗਿਆ ਫਿਰ ਨੱਪਿਆ ਚੌਥੇ 'ਚ ਪੈ ਗਈ ਚਾਰ ਗੇਅਰ ਆ ਅਤੇ ਆਹ ਜਾ ਆਉਣ ਦਿਆ ਨਿਸ਼ਾਨ ਬੈਟਰੀ ਦਾ ਫੁੱਲ ਚਾਰਜ ਆ ਸਮ ਜਿਉਂ ਜਿਉਂ ਹੀ ਸੈੱਲ ਡਾਊਨ ਹੋਣਗੇ ਉਤਲਾ ਉੱਡ ਜਾਣਾ ਫਿਰ ਦੂਜੇ ਵਾਲਾ ਉੱਡ ਜਾਣਾ ਫਿਰ ਤੀਜੇ ਵਾਲਾ ਉੱਡ ਜਾਣਾ ਕਹਿੰਦੇ ਉੱਡ ਕੇ ਫਿਰ ਰੈੱਡ ਵਾਲਾ ਆਉਣਾ ਰੈੱਡ ਵਾਲਾ ਆ ਗਿਆ ਸਮਝ ਲਓ ਕਿ ਫਿਰ 2-4 ਕਿਲੋਮੀਟਰ ਮਸਾਂ ਚੜਨੀ ਆ ਅਤੇ ਚਾਰਜ 'ਤੇ ਲਾ ਲਓ ਅਤੇ ਆਪਾਂ 2 ਕੁ ਉੱਡਦੇ ਉਦੋਂ ਲਾ ਲਈਦੀ ਚਾਰਜ ਜੇ ਅਤੇ ਆਹ ਹਿਸਾਬ ਦਾ ਵੀ ਮੀਟਰ ਦਾ ਵੀ ਇਹਦਾ ਮੀਟਰ ਵੀ ਬੜਾ ਸੋਹਣਾ ਵਾ ਅਤੇ ਜਿਹੜਾ ਚਾਰਜਰ ਲੱਗਦਾ ਵਾ ਜੇ ਉਹ ਇੱਥੇ ਲੱਗਦਾ ਵਾ ਇਹਨੂੰ ਪੁੱਟ ਕੇ ਇਹਦੇ ਵਿੱਚ ਚਾਰਜ ਲਾ ਲਈਦਾ ਵਾ ਹੋਰ ਫਿਊਚਰ ਇਹ 'ਚ ਹੈਗੇ ਆ ਜਿੱਦਾਂ ਮੇਰੇ ਕੋਲ ਆ ਬੈਗ ਦਾ ਗੇਅਰ ਦਿੱਤਾ ਵਾ ਜਿਹੜੀ ਆਰ ਲਿਖਣਾ ਇਹਨੂੰ ਨੱਪੋਗੇ ਅਤੇ ਸਕੂਟਰ ਹੀ ਆਪਾਂ ਨੂੰ ਪੈਰ ਨਾਲ ਰੇਡ ਨਹੀਂ ਲਾਉਣੀ ਬੈਗ ਦਾ ਬੈਗ ਭੱਜਣ ਡੇ ਪੂਗੀ ਰੇਸ ਦੇਵਾਂਗੇ ਤੇ ਕਾਫੀ ਫੀਚਰ ਜਿਹਨਾਂ ਦਿੱਤੇ ਆ ਡਿਸਕ ਬਰੇਕਾਂ ਦਾ ਜਦੋਂ ਮੰਨ ਲਓ ਜਾਂ ਡਬਲ ਇਸ਼ਾਰੇ ਦਾ ਨੱਪਿਆ ਦੇ ਅਤੇ ਆਹ ਜਿਹੜਾ ਨਿਸ਼ਾਨ ਵੇਖੋ ਕੋਈ ਇਲੈਕਟ੍ਰਿਕ ਕੋਈ ਫਾਲਟ ਆਉਂਦਾ ਇਹ 'ਚ ਕੋਈ ਬੰਦ ਹੁੰਦੀ ਆ ਕਦੇ ਇਹਨੂੰ ਨੱਪੋਗੇ ਅਤੇ ਸਕੂਟਰ ਜਾਊਗੀ 15-20 ਕਿਲੋਮੀਟਰ ਤੁਹਾਨੂੰ ਲੈ ਜੂਗੀ ਟਿਕਾਣੇ 'ਤੇ ਬਾਕੀ ਤੁਹਾਨੂੰ ਇਹਦੀ ਸ਼ੇਪ ਵਿਖਾਉਣਾ ਥੋੜ੍ਹੀ ਬੜੀ ਅੱਗੇ ਪਿੱਛੋਂ
बस एक ही पैसे खर्चने पैंदे आ जी, बाद चो कोई खर्चा नहीं दा, फिर समझ लो कि लम्मा ही, फिर चार पाँच साल ये लंघ जाने सौखे, उदो बैटरी लगानी फिर उदो खर्चा खर्चा वड्डा होना थोड़ा जिहा, 18-20 हज़ार का खर्चा फिर होना, उदो उन्ना टाइम फ्री चलो तगड़े हो गए। चंगा जी फिर यही अपनी वीडियो इतों तक ही, अज अपनी वीडियो लाइक शेयर सबसक्राइब करो, कमेंट करना ना भुल्यो, तो वो तो शेयर करो, पर जड़े होर ना अपने फ्रेंड तक जाए तो वीडियो अपनी देखना, तो अपनी सपोर्ट करो पूरी, तो सबसक्राइब करो जरूर चैनल में, तो चंगा जी फिर मिलते हैं अपना अगली वीडियो के, ओके जी चंगा, वाहगुरु जी का खालसा वाहगुरू जी की फतेह।